ਬਾਪੂ ਜੀ ਕਰਮਜੀਤ ਅਨਮੋਲ ਨੂੰ ਜਾਣਦੇ ਹੋ? ਨਾ, ਅੱਗੇ ਸੰਨੀ ਦਿਓਲ ਨਿਵੇਗਾ, ਉਹ ਤਾਰਤਾ ਇਲਾਕਾ ਤੇ ਇਹ ਵੀ ਤਾਰ ਜੂ ਸਾਨੂੰ ਆ ਕੇ ਸੰਗਰੂਰ ਤੋਂ ਖੜੇ ਇੱਥੇ ਕੀ ਧੱਕੇ ਖਾਣ ਆਇਆ? ਪੈਕਚਰਾ ਵਿਖਾਉਂਦਾ ਉਹ ਵੇਖਾ। ਕਰਮਜੀਤ ਅਨਮੋਲ ਦਾ ਸਾਥ ਦਿਓਗੇ ਕਿ ਨਹੀਂ? ਹੈ ਜੀ, ਕੋਈ ਸਿਹਦਾ ਸਾਥ ਨਹੀਂ ਦੇਣਾ, ਹੁਣ ਇਹ ਫੇਲ ਆ, ਆਮ ਆਦਮੀ ਫੇਲ ਆ। ਬਾਪੂ ਜੀ ਤੁਸੀਂ ਜਾਣਦੇ ਹੋ ਕਰਮਜੀਤ ਅਨਮੋਲ ਨੂੰ? ਨਹੀਂ ਜੀ, ਅਸੀਂ ਕੁਛ ਨਹੀਂ ਜਾਣਦੇ ਕਿਸੇ ਨੂੰ। ਆਮ ਆਦਮੀ ਪਾਰਟੀ ਤੋਂ ਉਮੀਦਵਾਰ ਆ ਹੁਣ ਫਰੀਦਕੋਟ ਹਲਕੇ ਦੇ। ਅੱਛਾ, ਉਧਰਲੇ ਬੰਦੇ ਨੂੰ ਇੱਧਰ ਕੀ ਜਾਣਦਾ? ਕੋਈ ਨਹੀਂ ਜਾਣਦਾ ਉਹਨੂੰ। ਕਰਮਜੀਤ ਅਨਮੋਲ ਨੂੰ ਜਾਣਦੇ ਹੋ? ਨਹੀਂ ਜੀ, ਨਹੀਂ ਜਾਣਦੇ। ਆਮ ਆਦਮੀ ਪਾਰਟੀ ਵੱਲੋਂ ਐਮ ਪੀ ਇਲੈਕਸ਼ਨ ਦੇ ਵਿੱਚ ਉਤਾਰੇ ਗਏ ਆ ਉਹ? ਆਪਾਂ ਨਹੀਂ ਜਾਣਦੇ ਜੀ ਉਹਨੂੰ। ਕਿ ਫਿਰ ਵੋਟਾਂ ਪਾਵਾਂਗੇ ਉਹਨਾਂ ਨੂੰ ਫਰੀਦਕੋਟ ਹਲਕੇ ਤੋਂ? ਨਹੀਂ, ਆਪਾਂ ਤਾਂ ਨਹੀਂ ਪਾਉਂਦੇ। ਨਵੀਂ ਸਰਕਾਰ ਨੇ ਕੰਮ ਕੀਤੇ? ਸਾਡਾ ਤਾਂ ਕੋਈ ਕੀਤਾ ਨਹੀਂ, ਕਹਿੰਦੇ ਚਿੱਟਾ ਬੰਦ ਕਰਾਂਗੇ, ਫੁੱਲ ਵੇਖਦਾ। ਉਹਦਾ ਉਹਨਾਂ ਦੇ ਚਿੱਟਾ ਨੇ ਰੁਮਾਲ ਨਹੀਂ ਪਾਉਣ ਦੇਣਾ, ਹੁਣ ਅਗਲੇ ਰਜਾਈਆਂ ਹੀ ਪਾਈ ਫਿਰਦੇ, ਚਿੱਟੇ ਦੀਆਂ ਰਜਾਈਆਂ। ਸਾਥ ਪਹਿਲਾਂ ਹੀ ਬਹੁਤ ਲੋਕਾਂ ਨੇ ਤਾਂ ਦਿੱਤਾ ਇਹਨਾਂ ਨੂੰ, ਪਹਿਲਾਂ ਹੀ ਬੰਬ ਕਰਤੀ ਸੀ, ਸਾਥ ਤਾਂ ਇਹਨਾਂ ਨੂੰ ਬਹੁਤ ਦਿੱਤਾ, ਪਰ ਨਹੀਂ ਕੁਛ ਇਹਨਾਂ 'ਚੋਂ ਨਿਬੜਿਆ ਨਪਾਇਆ ਵਿਚਾਰਿਆਂ 'ਚੋਂ। ਚੱਕ ਕੇ ਪਾਸੋਂ ਕੋਈ ਕਲਾਕਾਰ ਨੂੰ ਕਰ ਦਿੰਦੇ ਆ, ਕਿਸੇ ਐਕਟਰ ਨੂੰ ਕਰ ਦਿੰਦੇ ਆ, ਸਾਡੀ ਜਾਣ ਪਛਾਣ ਹੀ ਨਹੀਂ ਹੁੰਦੀ, ਅਤੇ ਸਾਡੇ ਉਹ ਨੇਰਗੇ 'ਚ ਕੰਮ ਕੀ ਕਰਨਾ ਹੁੰਦਾ ਜਦੋਂ ਕਿਸੇ ਨਾਲ ਜਾਣ ਪਛਾਣ ਹੀ ਨਹੀਂ, ਕਿਸੇ ਨਾਲ ਬੋਲ ਬਾਣੀ ਨਹੀਂ। ਉਹ ਐਕਟਰ ਆ, ਕਹਿੰਦੇ ਵੀ ਮੰਨ ਲਓ ਜੇ ਜਿੱਤ ਜਾਂਦਾ ਰਹੂਗਾ ਹਲਕੇ ਦੇ ਵਿੱਚ, ਉਹਨੇ ਹਲਕੇ 'ਚ ਕੀ ਰਹਿਣਾ, ਉਹ ਬੰਬੇ ਰਹੂਗਾ। ਸਾਥ ਦਿਓਗੇ ਕਰਮਜੀਤ ਅਨਮੋਲ ਦਾ? ਅਸੀਂ ਕੋਈ ਸਾਥ ਨਹੀਂ ਦਿੰਦੇ। ਮੁਹੰਮਦ ਸੀ ਕਿ ਗਾਉਣ ਵਾਲਾ ਸੀ ਅਤੇ ਗਾਉਣ ਵਾਲਾ ਹੀ ਇਹ ਲਿਆਂਦਾ। ਬਾਈ ਕਰਮਜੀਤ ਅਨਮੋਲ ਨੂੰ ਜਾਣਦੇ ਹੋ? ਨਹੀਂ ਵੀਰੇ, ਆਪਾਂ ਨਹੀਂ ਜਾਣਦੇ। ਐਕਟਰ ਦੇਖੇ ਨਾ ਤੁਸੀਂ ਫਿਲਮਾਂ 'ਚ ਪੰਜਾਬੀ? ਵੀਰੇ, ਆਪਾਂ ਐਕਟਰੀ ਦੀ ਫਿਲਮ ਹੀ ਨਹੀਂ ਦੇਖੀ ਕਦੇ, ਤਾਂ ਐਕਟਰ ਕਦੇ ਦੇਖਣੇ? ਅੱਗੇ ਵੀ ਅਸੀਂ ਵੋਟਾਂ ਸਾਰਿਆਂ ਨੇ ਨਹੀਂ ਵੀ ਪਾਈਆਂ ਸੀ, ਜਿਹੜਿਆਂ ਨੇ ਉਹਨਾਂ ਨੇ ਵੀ ਪਾ ਦੀਆਂ, ਅਤੇ ਸਾਡੇ ਐਮ ਐਲ ਏ ਜਿੱਤ ਗਿਆ ਅਤੇ ਪਿੰਡੀ ਨਹੀਂ ਵਾਇਆ। ਬਾਪੂ ਜੀ ਕਰਮਜੀਤ ਅਨਮੋਲ ਨੂੰ ਜਾਣਦੇ ਹੋ? ਨਾ ਨਹੀਂ, ਉਹ ਪਹਿਲੀ ਵਾਰ ਰਾਤ ਮੈਂ ਖਬਰਾਂ ਸੁਣ ਕੇ ਅਤੇ ਰਾਤ ਮਤਲਬ ਇਸ ਕੰਮ ਦਾ ਪਤਾ ਲੱਗਿਆ ਮੈਨੂੰ ਵੀ ਮੁਹੰਮਦ ਤਸਵੀਰ ਕਿ ਗਾਉਣ ਵਾਲਾ ਸੀ ਅਤੇ ਗਾਉਣ ਵਾਲਾ ਹੀ ਇਹ ਲਿਆਂਦਾ। ਉਦੋਂ ਬਾਅਦ ਮੈਂ ਤੜਕੇ ਖਬਰਾਂ ਸੁਣੀਆਂ ਅਤੇ ਉਸ ਤੋਂ ਬਾਅਦ ਉੱਧਰ ਦੀ ਖਬਰ ਆਈ ਵੀ ਭਗਵੰਤ ਮਾਨ ਦੇ ਪਿੰਡਾਂ ਕੰਨਾਂ ਦੇ ਆਏ ਅਤੇ ਗਾਉਣ ਵਾਲਾ ਹੀ ਆ ਗਿਆ। ਕੋਈ ਮਤਲਬ ਅਸੀਂ ਨਹੀਂ ਉਹਨੂੰ ਜਾਣਦੇ, ਭਾਵੇਂ ਹੋਰ ਕੋਈ ਆਉਂਦਾ ਹੋਊ ਫਰੀਦਕੋਟ ਜ਼ਿਲ੍ਹੇ 'ਚ ਜਾਣਦੇ ਹੋਣਗੇ, ਵੈਸੇ ਅਸੀਂ ਨਹੀਂ। ਜਿਵੇਂ ਉਹ ਮਤਲਬ ਹੋਰ ਹਲਕਾ ਉਹਨਾਂ ਦਾ ਵੀ ਉਹ ਆ ਫਰੀਦਕੋਟ ਬਾਰੇ ਜਾਣਦੇ ਹੋਣਗੇ, ਕੁਛ ਕੰਮ ਕਰਨਗੇ ਫਰੀਦਕੋਟ 'ਚ? ਬਈ ਇਹ ਤਾਂ ਅੱਗੇ ਵੀ ਅਸੀਂ ਵੋਟਾਂ ਸਾਰਿਆਂ ਨੇ ਨਹੀਂ ਵੀ ਪਾਈਆਂ ਸੀ, ਜਿਹੜਿਆਂ ਨੇ ਉਹਨਾਂ ਨੇ ਵੀ ਪਾ ਦੀਆਂ, ਅਤੇ ਸਾਡੇ ਐਮ ਐਲ ਏ ਜਿੱਤ ਗਿਆ ਅਤੇ ਪਿੰਡ ਹੀ ਨਹੀਂ ਵਾਇਆ। ਬੜਿਆ ਨਹੀਂ? ਨਾ, ਇਹ ਤਾਂ ਕਹਿੰਦੇ ਕੰਮ ਹੀ ਬਹੁਤ ਕਰ ਰਹੀ ਹੈ ਸਰਕਾਰ। ਸਰਕਾਰ ਕਰੀ ਜਾਂਦੀ ਆ, ਉਹਨੇ ਐਮ ਐਲ ਏ ਨਹੀਂ ਸੀ, ਸਾਨੂੰ ਪੁੱਛਿਆ ਵੀ ਤੁਸੀਂ ਮਰਦੇ ਆ ਕਿ ਜਿਉਂਦੇ ਆ, ਉਹ ਐਮ ਐਲ ਏ ਨਹੀਂ ਆਇਆ ਸਰਕਾਰ। ਹਾਂ, ਭਗਵੰਤ ਮਾਨ ਨੇ ਕੰਮ ਇਹ ਜਿਹੜਾ ਬਿਜਲੀ ਦਾ ਕਰਿਆ, ਜਿਹੜਾ ਬਿੱਲ ਕਰੇ ਆ ਮਾਫ਼, ਇਹ ਹਰ ਇੱਕ ਬੰਦੇ ਨੂੰ ਫਾਇਦਾ ਹੋਇਆ ਇਹਦੇ, ਭਾਵੇਂ ਅਕਾਲੀ ਹੈ, ਭਾਵੇਂ ਕਾਂਗਰਸੀ ਹੈ, ਭਾਵੇਂ ਆਪ ਵਾਲਾ ਹੈ, ਭਾਵੇਂ ਕਮਿਊਨਿਸਟ ਹੀ ਹੈ, ਕੋਈ ਵੀ ਹੈ, ਉਹਨੂੰ ਫਾਇਦਾ ਹੋਇਆ ਇਸ ਗੱਲ 'ਚ, ਉਸ ਕੰਮ ਨੂੰ ਅਸੀਂ ਉਹਦੀ ਸਲਾਹ ਤਾਂ ਕਰਦੇ ਹਾਂ। ਕਰਮਜੀਤ ਅਨਮੋਲ ਉਹਨਾਂ ਦਾ ਕਹਿਣਾ ਕਿ ਫਰੀਦਕੋਟ ਹਲਕੇ ਵਿੱਚੋਂ ਜਿਤਾ ਕੇ ਲੋਕ ਭੇਜਣਗੇ, ਜਿਵੇਂ ਲੋਕਾਂ ਦੀ ਮੰਗ ਇਹ ਸੀ ਕਿ ਇੱਥੋਂ ਦਾ ਹੋਣਾ ਚਾਹੀਦਾ ਬੰਦਾ ਕੋਈ ਆਪਣਾ, ਫਰੀਦਕੋਟ ਇਲਾਕੇ ਦਾ ਹੁੰਦਾ ਤਾਂ ਫਿਰ ਬਹੁਤ ਵਧੀਆ ਗੱਲ ਸੀ, ਹੁਣ ਬਾਹਰ ਦੇ ਨੂੰ ਲੋਕ ਬੜਾ ਫਰਕ ਪੈਂਦਾ ਇਸ ਗੱਲ ਦਾ। ਮੈਂ ਸਾਰੀ ਉਮਰ ਕਾਂਗਰਸ 'ਚ ਕੱਢ ਲਈ ਅਤੇ ਲਕਸ਼ਣਾਂ ਆਏ ਲਕਸ਼ਣਾਂ 'ਚ ਇਸੇ ਕੰਮ 'ਚ ਫਿਰਦਾ ਰਹਿੰਦਾ, ਪਰ ਜਿਹੜਾ ਇਲਾਕੇ ਦਾ ਬੰਦਾ ਇਲਾਕੇ ਦਾ ਹੀ ਹੈ, ਜਿਹੜਾ ਬਾਹਰ ਦਾ ਬਾਹਰ ਦਾ ਹੀ ਆ, ਉਹਦੇ ਨਾਂ ਵਾਲਾ ਦਾ 20-25% ਦਾ ਫਰਕ ਪੈ ਜੂ ਵੋਟ ਦਾ। ਅਤੇ ਇਹਦੇ ਨਾਲ ਇਹ ਵੀ ਹੈ, ਕਈ ਕਹਿੰਦੇ ਜਿਵੇਂ ਉਹ ਐਕਟਰ ਉਹਦਾ ਕੰਮ ਫਿਲਮਾਂ ਦਾ ਵੀ ਲੱਗਦਾ ਵੀ ਹਲਕੇ ਦੇ ਵਿੱਚ ਰਹੂ। ਨਹੀਂ, ਮੈਨੂੰ ਅੱਗੇ ਸੰਨੀ ਦਿਓਲ ਨਿਵੇਗਾ, ਉਹ ਤਾਰਤਾ ਇਲਾਕਾ ਅਤੇ ਇਹ ਵੀ ਤਾਰ ਜੂ ਸਾਨੂੰ ਆ ਕੇ, ਨਹੀਂ ਇਸ ਗੱਲ ਤਾਂ ਚੱਲੇ ਤੋਂ ਪਤਾ ਲੱਗੂ। ਹਾਂ ਵੀ ਉਹ ਮੰਨ ਲਓ ਜਿੱਤ ਜੇ, ਉਦੋਂ ਬਾਅਦ ਉਹ ਅੱਗੇ ਉਹਦੇ ਆਵੇ ਨਾ ਆਵੇ, ਅੱਗੇ ਸੰਨੀ ਦਿਓਲ ਲੋਕਾਂ ਨੇ ਜਿੱਤਾ ਤਾਂ ਮੁੜ ਕੇ ਵੜਿਆ ਹੀ ਨਹੀਂ, ਨਿੱਤ ਖਬਰਾਂ ਸੁਣਦੀਆਂ ਆਉਂਦੀਆਂ। ਵੈਸੇ ਮੈਂ ਗਿਆ ਨਹੀਂ ਉੱਥੇ, ਮੈਂ ਤਾਂ ਖਬਰਾਂ ਸੁਣ ਕੇ ਕਹਿੰਦਾ
ਵੀ ਆਹ ਗੱਲ ਆਏ ਹੈ ਅਤੇ ਅੱਜ ਵੀ ਉਹਦੀਆਂ ਖਬਰਾਂ ਸੁਣੀਆਂ ਵੀ ਉਹ ਵੜਿਆ ਹੀ ਨਹੀਂ ਵੋਟਾਂ ਲੈ ਕੇ ਅਤੇ ਉਹੋ ਜਿਹਾ ਬੰਦਾ ਫੇਰ ਨਾ ਆ ਜਾਵੇ ਉੱਥੇ, ਲੋਕ ਡਰਦੇ ਹੈ। ਅਤੇ ਹੁਣ ਇਹ ਕੱਲ੍ਹ ਨੂੰ ਬਾਈ ਚਾਂਸ ਜਿੱਤ ਜੇ, ਜਿੱਤੂ ਤਾਂ ਬਿਲੋ ਹਵਾ ਨਾ, ਜਿੱਧਰ ਨੂੰ ਲੋਕ ਗਏ ਉੱਧਰ ਹੀ ਜਾਣਾ ਹੈ। ਅੱਛਾ, ਜਿਹਦੀ ਹਵਾ ਬਣ ਗਈ ਉਹ ਜਿੱਤ ਜੂਗਾ, ਤੇ ਪਰ ਗਾਂਹ ਜਦੋਂ ਜਿੱਤ ਗਿਆ ਫਿਰ ਉਹਦੇ ਕੰਮ ਅਤੇ ਉਹਦਾ ਮਾਣ ਹੈ ਵੀ ਆਵੇ ਨਾ ਆਵੇ, ਉਹ ਤਾਂ ਉਹਦੀ ਹੈ। ਹੁਣ ਇਹ ਅਸੀਂ MLA ਨੂੰ ਸਮਾਂ ਜਿਤਾਇਆ ਵੀ ਬਦਲਾਓ ਭਾਲਦੇ ਸਾਂ ਵੀ ਸ਼ਾਇਦ ਦੋਨੇ ਸਰਕਾਰਾਂ ਮਾੜੀਆਂ ਅਤੇ ਇਹ ਸ਼ਾਇਦ ਚੰਗੇ ਨਿਕਲਣ, ਪਰ ਉਹ ਦੂਜੇ MLA ਤਾਂ ਮਾੜਾ ਮੋਟਾ ਆ ਜਾਂਦੇ ਸੀ, ਇਹ ਆਏ ਹੀ ਨਹੀਂ। ਇਹ ਤਾਂ ਜਿਵੇਂ ਕਹਿੰਦੇ ਆਮ ਘਰਾਂ ਦੇ ਮੁੰਡੇ ਅਸੀਂ ਤਾਂ ਆਮ ਘਰਾਂ ਵਰਗੇ ਹੋਣਗੇ ਬਣੇ ਫਿਰਨ, ਪਰ ਨਹੀਂ ਸਾਨੂੰ ਨਹੀਂ ਇਹ, ਸਾਡੇ ਪਿੰਡ ਤਾਂ ਐਂ ਵੀ ਨਹੀਂ ਆਖਿਆ ਵੀ ਧੰਨਵਾਦ ਭਾਈ, ਸਾਡੇ ਅਕਾਲੀ ਅਤੇ ਕਾਂਗਰਸੀ ਹੈ ਦੋ ਪਾਰਟੀਆਂ। ਇਹ ਆਪ ਵਾਲੇ ਤਾਂ ਬਿਲਕੁਲ ਹੀ ਹੈ ਨਹੀਂ ਸੀ, ਥੋੜ੍ਹੇ ਹੀ ਸੀਗੇ ਬੰਦੇ, 10-15 ਲਾ ਲਓ, 20 ਲਾ ਲਓ, ਅਤੇ ਇਹਨਾਂ ਨੂੰ ਵੋਟ ਪੈ ਗਈ 300-400 ਸਮਾਂ, ਜ਼ਿਆਦਾ ਹੀ ਪੈ ਗਈ, 700 ਦਾ ਰੇਟ ਵੋਟ ਪੈ ਗਈ। ਅੱਛਾ, ਉਹਦੇ 'ਚ ਮਤਲਬ ਇਹਨੇ ਧੰਨਵਾਦ ਵੀ ਨਹੀਂ ਆਖੇ ਸਾਡਾ ਕਰਿਆ ਵੀ ਸ਼ਾਬਾਸ਼ ਲੋਕੋ ਜਿਤਾ ਤਾ ਮੈਨੂੰ। ਬਾਪੂ ਜੀ ਤੁਸੀਂ ਜਾਣਦੇ ਹੋ ਜੀ ਕਰਮਜੀਤ ਅਨਮੋਲ ਨੂੰ? ਵੈਸੇ ਇੱਧਰ ਗੱਲ ਕਰ ਰਿਹਾ, ਜਾਣਦੇ ਹੋ ਤੁਸੀਂ ਕਰਮਜੀਤ ਅਨਮੋਲ? ਨਹੀਂ ਮੈਂ ਨਹੀਂ ਜਾਣਦਾ, ਫਿਲਮਾਂ ਜ਼ਰੂਰ ਵੇਖਿਆ ਯਾਰ, ਫਿਲਮਾਂ ਵੇਖਿਆ। ਹਾਂ, ਫਿਲਮਾਂ ਜ਼ਰੂਰ ਵੇਖਣੇ ਜਿਹੜੀ। ਸਿਆਸਤ ਵਿੱਚ ਆ ਕੇ ਕੀ ਲੱਗਦਾ ਕਰੂ ਕੁਛ? ਵੇਖੋ ਇਹ ਤਾਂ ਕਹਿ ਨਹੀਂ ਸਕਦੇ ਯਾਰ ਕੁਛ, ਬਾਕੀ ਇੱਧਰ ਗੱਲ ਕਰ ਲਾ ਮੈਂ। ਤੁਸੀਂ ਜਾਣਦੇ ਬਾਪੂ ਜੀ ਕਰਮਜੀਤ ਅਨਮੋਲ? ਨਾ ਜੀ, ਅਸੀਂ ਕੋਈ ਜਾਣਦੇ ਨਹੀਂ ਗੇ, ਨਾ ਸਾਡੇ ਇਲਾਕੇ ਦਾ, ਸਾਨੂੰ ਇਹਦਾ ਕੋਈ ਪਤਾ ਨਹੀਂ। ਕੌਣ ਹੈ? ਕੋਈ ਪਤਾ ਨਹੀਂ। ਕੀ ਲੱਗਦਾ ਵੀ ਜੇਕਰ ਇਲਾਕੇ ਦਾ ਹੁੰਦਾ ਫਿਰ ਹੁਣ, ਮਤਲਬ ਪਹਿਲਾਂ ਹੁਣ ਦੱਸੋ ਹੁਣ ਵੋਟਾਂ ਪਾਉਂਗੇ ਹੁਣ? ਅਸੀਂ ਨਾ ਅੱਗੇ ਪਾਈਆਂ ਉਹਨੂੰ ਤੇ ਨਾ ਹੁਣ ਪਾਉਣੀਆਂ, ਅਸੀਂ ਉਹ ਰਹਿ ਗਏ ਦੂਜੇ, ਆਹ ਕਿਸਾਨ ਯੂਨੀਅਨ ਦੇ, ਕਿਸਾਨ ਯੂਨੀਅਨ ਦੇ ਹਾਂ, ਪਹਿਲਾਂ ਰਹੇ ਹਾਂ ਅਕਾਲੀ ਜਿੰਨਾ ਚਿਰ ਸੀਗੇ, ਪਰ ਹੁਣ ਕਿਸਾਨ ਯੂਨੀਅਨ ਦੇ, ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ। ਜਿਵੇਂ ਆਮ ਆਦਮੀ ਪਾਰਟੀ ਨੇ ਕੰਮ ਕੁੰਮ ਕੀਤਾ ਹੁਣ ਤੱਕ? ਸਾਡਾ ਇਹ ਕੰਮ ਕੀਤੇ ਸੀ, ਸਾਲ ਹੋ ਗਿਆ ਗੜੇਮਾਰੀ ਨੂੰ, ਉਹਦਾ 42 ਦਿਨ ਅਸੀਂ ਬੈਠੇ ਰਹੇ ਹਾਂ ਅਗਰਾਹਾਂ ਯੂਨੀਅਨ, ਦੂਜੀ ਯੂਨੀਅਨ ਸਾਡੀ ਸਿੱਧੂ ਪੁਰਾਲੀ ਬੈਠੀ ਰਹੀ ਹੈ 3-4 ਮਹੀਨੇ ਇੱਥੇ ਆਪਣੇ ਤਹਿਸੀਲ 'ਚ, ਉਹਨਾਂ ਨੇ ਬਾਜਾ ਰੋਡ ਚੌਂਕ ਉਹ ਰੋਕਿਆ ਵੱਡਾ ਮੇਨ, ਫਿਰ ਉਹਨਾਂ ਨੇ ਜੈਤੋ ਰੋਡ ਰੋਕਿਆ, ਫਿਰ ਉੱਧਰ ਜਾ ਵੜੇ, ਅਸੀਂ 42 ਦਿਨ ਗ੍ਰਾਹਾਂ ਯੂਨੀਅਨ ਇੱਥੇ ਬੈਠ ਰਹੇ ਹਾਂ ਉਹਦੇ ਬਾਹਰ 'ਚ ਮੋਲਕ ਦੇ। ਇੱਕ ਮਹੀਨੇ ਤੋਂ ਬਾਅਦ ਸਾਡੇ ਕੋਲ ਆ ਕੇ ਗੱਲ ਸੁਣੀ ਹੈ, ਫਿਰ ਸਾਨੂੰ ਵਿਸ਼ਵਾਸ ਦਵਾ ਕੇ 5 ਦਿਨਾਂ ਦਾ, ਫਿਰ ਜਾਣੇ ਉਹਨੇ ਪੈਸੇ ਲੈ ਆਉਂਦੇ ਆ ਕੁਛ 6 ਲੱਖ ਦੇ, ਜ਼ਿਆਦਾ ਮੈਂ 76,000 ਲਿਆ, ਪਰ ਸਾਡੇ ਖਾਤਿਆਂ ਖੂਤਿਆਂ 'ਚ ਜਿਹੜਿਆਂ ਦੇ ਰਹਿੰਦੇ ਇਹ ਨਹੀਂ ਪਤਾ ਪਏ ਆ ਕਿ ਨਹੀਂ ਪਏ। ਹੁਣ ਜਿਵੇਂ ਕਰਮਜੀਤ ਅਨਮੋਲ ਆ ਉਹ ਐਕਟਰ ਆ, ਕਹਿੰਦੇ ਵੀ ਮੰਨ ਲਓ ਜੇ ਜਿੱਤ ਜਾਂਦਾ ਰਹੂਗਾ ਹਲਕੇ ਦੇ ਵਿੱਚ, ਉਹਨੇ ਹਲਕੇ 'ਚ ਕੀ ਰਹਿਣਾ, ਉਹ ਬੰਬੇ ਰਹੂਗਾ। ਅੱਛਾ, ਸਾਨੂੰ ਪਤਾ ਵੀ ਉਹਨੇ ਬੰਬੇ ਆ ਕੰਮ ਕਰਨਾ, ਉੱਥੇ ਰਹਿੰਦੇ ਆ, ਇਹਨਾਂ ਨੇ ਅੱਗੇ ਸਦੀਕ ਨੂੰ ਜਿਤਾਇਆ ਸੀਗਾ, ਹੁਣ ਉਹਨਾਂ ਨੂੰ ਐਂ ਹੋ ਗਿਆ ਖਨੀਸਾ ਇਹਨੂੰ ਜਿਤਾ ਦੇਣਗੇ, ਪਰ ਹੁਣ ਇਹ ਫੇਲ ਆ, ਆਮ ਆਦਮੀ ਫੇਲ ਆ, ਸਾਡੇ ਆ ਰਾਹ ਬੰਦਾ ਹੀ ਕਲੋਨੀਆਂ ਨੂੰ, ਇਹ ਆਪ ਆ ਰੋਕ ਕੇ ਗਿਆ, ਇਹ ਮੋਲਕ ਸਾਹਿਬ ਇਹ ਰੋਕ ਕੇ ਗਿਆ ਵੀ ਨਹੀਂ ਰਾਹ ਨਹੀਂ ਬਣਾਉਣਾ ਜੀ, ਸਾਡਾ ਸਰਪੰਚ ਆ ਇਹ ਤੋਂ ਬਣਾਵਾਂਗੇ। ਕਰਮਜੀਤ ਅਨਮੋਲ ਦਾ ਸਾਥ ਦਿਓਗੇ ਕਿ ਨਹੀਂ? ਅਸੀਂ ਕੋਈ ਸਿਹਰਾ ਸਾਥ ਨਹੀਂ ਦੇਣਾ, ਅਸੀਂ ਤਾਂ ਕਿਸਾਨ ਯੂਨੀਅਨ ਦੇ ਨਾ ਜੀ, ਅਸੀਂ ਵਿਰੋਧ ਵਿਰੋਧਤਾ ਮੋਦੀ ਨਾਲ ਵੀ ਵਿਰੋਧ ਹੈ ਅਤੇ ਇਹਦੇ ਨਾਲ ਵੀ ਵਿਰੋਧ ਆ, ਜਿਹੜੀ ਸਰਕਾਰ ਹੋਊਗੀ ਅਸੀਂ ਦੋਵਾਂ ਦੇ ਬਹਿਨੇ ਬਾਰਾਂ 'ਚ ਜਾ ਕੇ, ਮੋਦੀ ਦੇ ਕੱਲ੍ਹ ਹੀ ਜਾ ਕੇ ਆਏ, ਚੜ ਕੇ ਆਏ, ਅੱਜ ਹੀ ਆਏ। ਠੀਕ ਹੈ ਜੀ। ਬਾਪੂ ਜੀ ਤੁਸੀਂ ਜਾਣਦੇ ਹੋ ਕਰਮਜੀਤ ਅਨਮੋਲ ਨੂੰ? ਨਾ ਬਈ, ਨਾ ਨਹੀਂ ਜਾਂਦੇ, ਜੈਤੋਂ ਨਹੀਂ ਗਏ, ਅਨਪੜ੍ਹ ਸਾਨੂੰ ਵੋਟਾਂ ਤਾਂ ਪਾਉਂਦੇ ਹੋਵੋਗੇ, ਵੋਟਾਂ ਜਿਹਨੂੰ ਮਰਜ਼ੀ ਪਾ ਦੀ, ਸਾਨੂੰ ਕਿਹੜਾ ਲਿਖ ਕੇ ਦਿੱਤਾ ਵੀ ਇਹਨੂੰ ਪਾਓ, ਇਉਂ ਹੈ ਜਿਹੜਾ ਸਾਨੂੰ ਕੋਈ ਫਾਇਦਾ ਕਰੋ ਇਹ ਤਾਂ ਉਹਨੂੰ ਪਾ ਦਿਆਂਗੇ, ਨਹੀਂ ਠੀਕ ਹੈ।
ਬਾਪੂ ਜੀ ਤੁਸੀਂ ਜਾਣਦੇ ਹੋ ਕਰਮਜੀਤ ਦੇ ਅਮੋਲ ਨੂੰ? ਨਹੀਂ ਜੀ, ਅਸੀਂ ਕੁਛ ਨਹੀਂ ਜਾਣਦੇ ਕਿਸੇ ਨੂੰ। ਕਿਉਂ? ਉਹ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਆ ਹੁਣ ਫਰੀਦਕੋਟ ਹਲਕੇ ਦੇ। ਅੱਛਾ, ਸਾਨੂੰ ਤਾਂ ਐਂ ਲੱਗਦਾ ਵੀ ਉਹੀ ਹਾਲ ਫਿਰ ਸਾਡੇ ਨਾਲ ਹੋਊਗਾ ਜਿਹੜਾ ਹੁਣ ਹੋਈ ਜਾਂਦਾ। ਹੁਣ ਕਿਵੇਂ ਕੰਮ ਕੀਤੇ ਸਰਕਾਰ ਨੇ? ਕੋਈ ਨਹੀਂ ਕਰਿਆ ਹੈ, ਸਾਡੇ ਭਾਈ ਤਾਂ ਸਾਡੇ ਪਿੰਡ ਦਾ ਕੋਈ ਕੰਮ ਹੋਇਆ ਨਹੀਂ। ਇਹ ਤਾਂ ਕਹਿੰਦੇ ਕੰਮ ਹੀ ਬਹੁਤ ਕੀਤਾ ਸਰਕਾਰ ਨੇ। ਪੁੱਛ ਲਓ ਸਾਰੇ ਬੈਠੇ ਸਿਆਣੇ ਬੰਦੇ ਵੀ ਕੋਈ ਕੰਮ ਹੈ ਪਿੰਡ 'ਚ ਕਰਿਆ ਦਾ। ਉਹ ਜਿਵੇਂ ਕਰਮਜੀਤ ਅਮੋਲ ਦਾ ਹਲਕਾ ਸੰਗਰੂਰ ਦੇ ਕੋਲੇ ਆ, ਉਹ ਮਤਲਬ ਫਰੀਦਕੋਟ ਤੋਂ ਉਤਾਰਿਆ, ਉਹਨੂੰ ਕੀ ਲੱਗਦਾ ਵੀ ਇੱਦਾਂ ਕਰਨਾ ਚਾਹੀਦਾ ਸੀਗਾ? ਉੱਧਰਲੇ ਬੰਦੇ ਨੂੰ ਇੱਧਰ ਕੀ ਜਾਣਦਾ, ਕੋਈ ਕੋਈ ਨਹੀਂ ਜਾਣਦਾ ਉਹਨੂੰ। ਇਹ ਤਾਂ ਬਸ ਇੱਕ ਸਿਰਫ ਬਦਲਾਓ ਹੀ ਕਰਨਾ ਸੀ, ਸਾਰਾ ਕੁਛ ਉਹੀ ਹੈ, ਇੱਕ ਰੰਗ ਪੱਗ ਦਾ ਰੰਗ ਹੀ ਬਦਲਿਆ ਉਹਨਾਂ ਨੇ, ਹੋਰ ਕੁਛ ਨਹੀਂ ਬਦਲਿਆ ਉਹਨਾਂ ਨੇ। ਹੁਣ ਸਾਥ ਦਿਓਗੇ ਕਰਮਜੀਤ ਅਮੋਲ ਦਾ? ਹੈਂ, ਅਸੀਂ ਕੋਈ ਸਾਥ ਨਹੀਂ ਦਿੰਦੇ, ਅਸੀਂ ਤਾਂ ਜਦੋਂ ਮਰਜ਼ੀ ਇਹ ਝੰਡੇ ਚੱਕਣੇ ਆ, ਕੋਈ ਸਰਕਾਰ ਆ ਜੇ ਅਸੀਂ ਤਾਂ ਝੰਡੇ ਚੱਕ ਕੇ ਮੂਹਰੇ ਹੋਣਾ, ਜਿਹੜਾ ਆ ਗਿਆ ਉਹਨੂੰ ਪੁੱਛਣਾ ਹੈ ਵੀ ਤੁਸੀਂ ਕੰਮ ਕੀ ਕਰਦੇ ਹੋ ਪਿੰਡਾਂ ਦੇ ਵਿੱਚ, ਆਊ ਪ੍ਰਚਾਰ ਕਰਨ ਪੁੱਛੋਗੇ? ਹਾਂ ਪੁੱਛਾਂਗੇ, ਉਹਦੇ ਨਾਲ ਕਰਾਂਗੇ ਜਾਣਕਾਰੀ ਲਵਾਂਗੇ ਉਹਦੀ ਵੀ ਕੀ ਕੰਮ ਕਰਿਆ ਤੁਸੀਂ। ਰੋਲ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਰਮਜੀਤ ਅਨਮੋਲ ਨੂੰ ਜਾਣਦੇ ਹੋ? ਨਹੀਂ ਜੀ, ਨਹੀਂ ਜਾਣਦੇ ਨੂੰ। ਜਾਣਦੇ ਨਹੀਂ? ਆਮ ਆਦਮੀ ਪਾਰਟੀ ਵੱਲੋਂ MP ਇਲੈਕਸ਼ਨ ਦੇ ਵਿੱਚ ਉਤਾਰੇ ਗਏ ਆ ਉਹ। ਅੱਛਾ, ਨਾ ਆਪਾਂ ਨਹੀਂ ਜਾਣਦੇ ਜੀ ਉਹਨੂੰ। ਕਿ ਫਿਰ ਵੋਟਾਂ ਪਾਵਾਂਗੇ ਉਹਨਾਂ ਨੂੰ ਫਰੀਦਕੋਟ ਹਲਕੇ ਤੋਂ? ਨਹੀਂ, ਆਪਾਂ ਤਾਂ ਨਹੀਂ ਪਾਉਂਦੇ। ਕਿਉਂ? ਨਾ, ਜੋ ਕੰਮ ਹੀ ਨਹੀਂ ਕਰਦਾ ਕੋਈ ਚੱਜ ਦੇ। ਪਤਾ ਹੀ ਹੈ ਕੰਮਾਂ ਦਾ, ਸਾਨੂੰ ਪਤਾ ਹੀ ਹੈ ਜਿਹੜੇ ਕੀਤੇ, ਤੁਸੀਂ ਆਪ ਹੀ ਦੱਸ ਦਿਓ। ਜਿਵੇਂ ਜਿਹੜੀ ਸਰਕਾਰ ਆ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ 'ਚ, ਇਹਨਾਂ ਨੇ ਕੰਮ ਕਿੰਨੇ ਕੀਤੇ ਆ? ਲੈ, ਸਾਨੂੰ ਤਾਂ ਕੁਛ ਵੀ ਨਹੀਂ, ਤੈਨੂੰ ਦੱਸੀਦਾ ਜਾਂਦੇ ਵੀ ਇਹਨੇ ਕੱਖ ਵੀ ਨਹੀਂ ਕੀਤਾ। ਉਹ ਤਾਂ ਕਹਿੰਦੇ ਆ ਕਿ ਕੀਤੇ, ਸਾਡੀ ਸਰਕਾਰ ਨੇ ਬੋਰਡ ਲੱਗੇ ਹੋਏ ਸਾਰੇ ਕੀਤੇ। ਕੀ ਪਤਾ ਫਿਰ ਸਾਨੂੰ ਵਿਖਾ, ਕੰਮ ਦੱਸ ਦੇਣ ਵੀ ਆਹ ਅਸੀਂ ਸਿਰੇ ਚੜਾਇਆ ਕੋਈ। ਅੱਛਾ, ਕਰਮਜੀਤ ਅਨਮੋਲ ਨੂੰ ਜਾਣਦੇ ਹੋ ਤੁਸੀਂ? ਨਹੀਂ ਜੀ, ਅਸੀਂ ਨਹੀਂ ਜਾਣਦੇ। ਜਾਣਦੇ ਨਹੀਂ? ਨਹੀਂ। ਉਹ ਐਕਟਰ ਆ, ਫਿਲਮਾਂ ਦੇਖੀਆਂ ਉਹਦੀਆਂ? ਨਾ, ਅਸੀਂ ਕਿਹੜੀ ਫਿਲਮੇ ਵੇਖਣੇ, ਇੱਦਾਂ ਫਿਲਮ ਵਾਲੇ ਹੈ ਹੀ ਨਹੀਂ ਗੇ। ਮੈਡਮ ਜੀ ਵੀ ਨਹੀਂ ਵੇਖਿਆ ਤੁਸੀਂ? ਨਾ ਨਾ, ਅਸੀਂ ਫਿਲਮਾਂ ਵੇਖੀ ਨਹੀਂ ਕਿਤੇ। ਉਹਨੂੰ ਉਤਾਰਿਆ ਆਪਣੀ ਫਰੀਦਕੋਟ ਸੀਟ ਤੋਂ? ਅੱਛਾ ਜੀ, ਤਾਰੀ ਰੱਖਣ ਜੀ ਫਿਰ ਉਹਨੇ ਮਰਜ਼ੀ ਹੈ ਲੀਡਰਾਂ ਦੀ, ਹੈਂ ਆਪੋ ਆਪਣੇ ਪਖਵਾਈਆਂ ਕਰੀ ਜਾਂਦੇ। ਸਰਕਾਰ ਨੇ ਕੰਮ ਕੀਤਾ ਨਵੀਂ ਨੇ? ਕਰਮਜੀਤ ਅਨਮੋਲ ਨੂੰ ਜਾਣਦੇ ਹੋ? ਨਹੀਂ ਵੀਰੇ, ਆਪਾਂ ਨਹੀਂ ਜਾਣਦੇ। ਕੀ ਐਕਟਰ ਆ ਦੇਖੇ ਨਾ ਫਿਲਮਾਂ 'ਚ ਪੰਜਾਬੀ ਵੀਰੇ? ਆਪਾਂ ਐਕਟਰੀ ਦੀ ਫਿਲਮ ਹੀ ਨਹੀਂ ਦੇਖੀ ਕਦੇ, ਐਕਟਰ ਕਦੇ ਦੇਖਣੇ ਆ? ਤੇ ਉਹਨਾਂ ਨੂੰ ਹੁਣ ਉਮੀਦਵਾਰ ਉਤਾਰਿਆ ਫਰੀਦਕੋਟ ਸੀਟ ਤੋਂ MP ਇਲੈਕਸ਼ਨ? ਅੱਛਾ, ਤੇ ਦੇਵੋਗੇ ਸਾਥ ਫਿਰ ਉਹਦਾ? ਸਾਥ ਭਰਾਵਾ ਆਪਾਂ ਤਾਂ ਕਿਸੇ ਦਾ ਨਹੀਂ ਦੇਣਾਗਾ, ਹਜੇ 20 ਸਾਲ ਹੋ ਗਏ ਵਿਆਹ ਨੂੰ, ਰਾਸ਼ਨ ਕਾਰਡ ਨਹੀਂ ਕਿਸੇ ਨੇ ਬਣਾ ਕੇ ਦਿੱਤਾ, ਅਤੇ ਨਾ ਹੀ ਆਪਾਂ ਵੋਟ ਪਾਉਣੀ, ਪਾੜ ਨਹੀਂ ਮਨਜ਼ੂਰ ਆ, ਠੀਕ ਆ ਕਿ ਨਹੀਂ? ਹਜੇ ਦੀ ਵਿਆਹ 20 ਸਾਲ ਜਿਹੜੇ ਮੈਂ ਚੱਕ ਕੇ ਪਾਲੇ ਆ ਉਹਨਾਂ ਦਾ ਰਾਸ਼ਨ ਕਾਰਡ ਬਣੇ ਆ, ਅਤੇ ਜਿਹੜਾ ਮੇਰਾ ਖੁਦ ਆ ਮੇਰਾ ਮੁੰਡਾ ਵਿਆਹਣ ਵਾਲਾ ਉਹਦਾ ਰਾਸ਼ਨ, ਸਾਡਾ ਰਾਸ਼ਨ ਕਾਰਡ ਨਹੀਂ ਬਣਿਆ ਹੈ ਨਾ। ਨਵੀਂ ਸਰਕਾਰ ਨੇ ਕੰਮ ਕੀਤੇ? ਸਾਡਾ ਤਾਂ ਕੋਈ ਕੀਤਾ ਨਹੀਂ, ਕਹਿੰਦੇ ਚਿੱਟਾ ਬੰਦ ਕਰਾਂਗੇ, ਫੁੱਲ ਵੇਖਦਾ 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 ਕਿਉਂ ਕੋਈ ਵੀ ਨਹੀਂ ਕੀਤਾ ਗਾ ਚੱਜ ਦਾ ਕੰਮ ਤਾਂ? ਬੋਰਡ ਲੱਗੇ ਹੋਏ ਕਹਿੰਦੇ ਚਿੱਟਾ ਬੰਦ ਹੋ ਗਿਆ, ਕਿੱਥੇ ਲੱਗੇ ਦੇਖ ਲਓ ਚਿੱਟਾ ਬੰਦ ਹੋਇਆ। ਕਣਕਾਂ ਨਾਪੀ ਬੈਠੇ ਆ, ਹਾਂ ਆਦੇ ਆਕਟਰ ਨੰਬਰ ਨਹੀਂ ਆਏ ਕਾਗਜ਼, ਅੱਧਿਆਂ ਦੀਆਂ ਨਾਪੀ ਬੈਠੇ ਆ ਕਣਕਾਂ।
ਤੁਸੀਂ ਜਾਣਦੇ ਹੋ ਕਰਮਜੀਤ ਅਨਮੋਲ ਨੂੰ? ਜਾਣਦੇ ਆ, ਜਾਣਦੇ ਆ, ਫਿਲਮਾਂ 'ਚ ਦੇਖਿਆ। ਹਾਂਜੀ। ਹੁਣ ਐਂ ਪਤਾ ਵੀ ਤੁਹਾਨੂੰ MP ਇਲੈਕਸ਼ਨ ਤੋਂ ਉਤਾਰਿਆ ਫਰੀਦਕੋਟ ਤੋਂ? ਪਤਾ ਜੀ, ਅੱਜ ਹੀ ਪਤਾ ਲੱਗਿਆ ਜੀ। ਹਾਂਜੀ। ਦਿਓਗੇ ਸਾਥ? ਸਾਥ ਜੀ, ਮੈਂ ਤਾਂ ਵੋਟ ਹੀ ਨਹੀਂ ਬਣੀ, ਵੋਟ ਹੀ ਨਹੀਂ ਬਣੀ, ਵੋਟ ਹੀ ਨਹੀਂ ਬਣੀ ਤੁਹਾਡੀ, ਥੋੜੀ ਬਣੀ ਹੈ। ਦਿਓਗੇ ਸਾਥ ਕਰਮਜੀਤ ਅਨਮੋਲ ਦਾ? ਦੇ ਦਾਂਗੇ ਜੀ। ਨਹੀਂ ਹੁਣ ਐਂ ਕਿਵੇਂ, ਇੱਕ ਚੀਜ਼ ਹੋਰ ਵੀ ਕਹਿ ਰਹੇ ਲੋਕ ਵੀ ਉੱਥੋਂ ਫਰੀਦਕੋਟ ਉਤਾਰ ਤਾਂ ਹੈ ਤਾਂ ਸੰਗਰੂਰ ਜ਼ਿਲ੍ਹੇ ਦਾ। ਹਾਂਜੀ ਹਾਂਜੀ, ਅਤੇ ਕਰਮਜੀਤ ਅਨਮੋਲ ਇੱਥੋਂ ਦਾ ਖੜਦਾ ਹੀ ਨਹੀਂ ਜੀ, ਆਪਣੇ ਕੋਟਕਪੁਰੇ, ਕੋਟਕਪੁਰੇ ਜੀ ਖੜਾ ਹੈ ਨਹੀਂ, ਕੁਲਤਾਰ ਖੜਾ ਸੀ ਉਹਨੂੰ ਬਣਾ ਤਾ ਜੀ। ਹਾਂ ਤਾਂ ਹਾਂਜੀ ਹਾਂਜੀ ਬਾਬਾ ਜੀ, ਜਦ ਲਸ਼ਕਰ ਕਰਨ ਆਉਂਦੇ ਤਾਂ ਦੱਸਦੇ ਆਉਂਦੇ ਹੁੰਦੇ ਸੀ ਚਿੱਟਾ ਰੁਮਾਲ ਨਹੀਂ ਪਾਉਂਦਾ, ਹੁਣ ਰਜਾਈਆਂ ਪਾਈ ਫਿਰਦੇ ਅਗਲੇ ਜੇਬਾਂ 'ਚ, ਜੇਬਾਂ 'ਚ ਉਦੋਂ ਉਹਨਾਂ ਦੇ ਚਿੱਟਾ ਨਹੀਂ ਰੁਮਾਲ ਨਹੀਂ ਪਾਉਣ ਦੇਣਾ, ਅਤੇ ਹੁਣ ਅਗਲੇ ਰਜਾਈਆਂ ਹੀ ਪਾਈ ਫਿਰਦੇ ਆ। ਉਹ ਚਿੱਟਾ ਬੰਦ ਹੋ ਗਿਆ, ਰਜਾਈਆਂ ਪਾਈ ਫਿਰਦੇ। ਚਿੱਟੇ ਦੀਆਂ ਰਜਾਈਆਂ, ਵੈਸੇ ਬਾਪੂ ਹੋਰ ਕੋਈ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਮੈਂ ਆਮ ਘਰਾਂ ਦਾ ਮੁੰਡਾ, ਮੈਂ ਲੋਕਾਂ ਦੇ ਨਾਲ ਖੜੂੰ, ਕੀਤੀ ਗੱਲ ਕਰਾ ਤੁਹਾਡੀ? ਸਹੀ ਨਹੀਂ ਕੋਈ ਕੀਤੀ, ਸਾਨੂੰ ਤਾਂ ਦਰਸ਼ਨ ਦਿੱਤੇ ਆ ਕੇ ਔਰ ਕਦੇ ਚਿੱਟਾ ਬੰਦ ਕਰਾਊਂਗਾ, ਤੁਹਾਡੀ ਮਦਦ ਕਰੂੰਗਾ, ਰਸੋਈ ਖਰਚਾ ਦੇਊਂਗਾ, ਫਲਾਨਾ ਕੁਛ ਕਰੂੰਗਾ, ਅਤੇ ਉਹ ਤਾਂ ਕੀਤਾ ਹੀ ਕੁਛ ਨਹੀਂ ਉਹਨੇ ਤਾਂ। ਆਹ ਕਣਕ ਹੁਣ ਆਈ ਸੀਗੀ 5-5 ਕਿਲੋ ਦੇ ਕੇ, ਹੁਣ ਮੁੜਕੇ ਡੀਪੂ ਲਈ ਆ। ਹਾਂ, ਅਤੇ ਡੀਪੂ ਵਾਲੇ ਕਹਿੰਦੇ ਕਈ ਕਹਿੰਦੇ ਕਿਸੇ ਦੀ ਵਿਚਾਰੇ ਆਈ ਨਹੀਂ, ਕਹੇ ਉਹ ਆਉਂਦੇ ਉਹ ਦੇਣਗੇ, ਉਹ ਦੇਣ ਉਹ ਦੇਣਗੇ, ਐਂ ਹਾਲ ਹੋ ਜਾਂਦਾ ਵੋਟਾਂ ਦੀ। ਅੱਛਾ ਤੁਸੀਂ ਸਾਰੇ ਜਣੇ ਖੜੇ ਹੋ ਜੀ, ਕਰਮਜੀਤ ਅਨਮੋਲ ਨੂੰ ਜਾਣਦਾ ਹੋਊ ਤੁਹਾਡੇ 'ਚੋਂ? ਨਹੀਂ ਜੀ, ਅਸੀਂ ਨਹੀਂ ਜਾਣਦੇ। ਨਹੀਂ ਜੀ, ਉਹ ਫਿਲਮਾਂ 'ਚ ਜਿਹੜੇ ਆਉਂਦੇ ਆ। ਹਾਂਜੀ, ਪਰ ਉਹ ਉੱਧਰਲੇ ਸੰਗਰੂਰ ਏਰੀਏ ਦੇ ਸਾਨੂੰ ਤਾਂ ਨਹੀਂ ਪਤਾ ਲੱਗਦੀ। ਹਾਂ, ਕੀ ਲੱਗਦਾ ਬਈ ਦੇਊਗਾ ਫਿਰ ਕੰਮ ਕਰੂਗਾ ਕਿ ਨਹੀਂ? ਯਾਰ, ਬਾਹਰ ਵਾਲੇ ਕਿੱਥੋਂ ਦੇ ਦੂਗਾ, ਇੱਥੇ ਕੋਈ ਪਿੰਡ ਦਾ ਨਹੀਂ ਸਾਥ ਦਿੰਦਾ ਤੇ ਬਾਹਰ ਵਾਲਾ ਕੌਣ ਸਾਥ ਦੇ ਦੂਗਾ? ਸਹੀ ਹੈ ਕਿ ਨਹੀਂ? ਪਿੰਡ ਦਾ ਕੋਈ ਨਹੀਂ ਸਾਥ ਦਿੰਦਾ ਇਸ ਟਾਈਮ ਤੇ, ਬਾਹਰਲਾ ਕੌਣ ਦੇ ਦੂਗਾ? ਜੀ ਮੈਂ 20 ਵਾਰੀ ਰਾਸ਼ਨ ਕਾਰਡ ਦੇ ਫਾਰਮ ਭਰ ਕੇ ਦਿੱਤੇ, ਕਿਸੇ ਨੇ ਰਾਸ਼ਨ ਕਾਰਡ ਨਹੀਂ ਬਣਾਇਆ ਹਜੇ ਤੱਕ। ਅਸੀਂ ਕਿਵੇਂ ਕਹਿ ਦਈਏ ਵੀ ਹਾਂ ਬੁਲਾਣਾ? ਕਲਤਾਰ ਵਰਗੇ ਵੋਟਾਂ ਲੈ ਕੇ ਸੈੱਡ ਪਾ ਦਾਂਗੇ, ਕਿਹੜਾ ਸੈੱਡ ਇੱਥੇ ਪਾ ਦਾ, ਉਦੋਂ ਤਾਂ ਇੱਥੇ ਆ ਜਾਂਦੇ ਵੋਟਾਂ ਲੈਣਾ। ਇਕੱਠ ਵਿਖਾ ਦਿੰਦੇ ਵੀ ਇੱਥੇ ਇਕੱਠ ਹੁੰਦਾ, ਵੀ ਬੰਦੇ ਤਾਸ਼ ਖੇਡਦੇ ਇੱਥੇ ਇਕੱਠ ਦਿਖਾ ਕੇ ਵੋਟਾਂ ਲੈ ਕੇ ਚਲੋ ਵੀ ਕੋਈ ਨਹੀਂ ਨੇੜੇ ਆਉਂਦਾ ਬਾਅਦ 'ਚ। ਕਲਤਾਰ ਕੋਈ ਨਹੀਂ ਇੱਥੇ ਆਇਆ, ਹੁਣ ਇੱਥੇ ਫੇਰ ਫਿਰਦੇ ਆ ਜਿਹੜੇ ਬੰਦੇ ਕੋਲ ਪਏ, ਉਹਨੂੰ ਕਹਿੰਦੇ ਜਿਤਾ ਦਿਆਂਗੇ ਤੁਹਾਨੂੰ। ਆ ਪਰਸੋਂ ਚੌਥੇ ਆਏ ਸੀ ਇੱਥੇ ਗੁਰਦੁਆਰੇ 'ਚ, ਤਾਂ ਇੱਥੋਂ ਤਾਂ ਹੀ ਆਏ ਨਹੀਂ ਵੀ ਇੱਥੇ ਬੰਦੇ ਬੈਠੇ ਹੁੰਦੇ ਆ। ਕੰਮ ਤਾਂ ਚੱਲੀ ਜਾਂਦਾ, ਆਹ ਜਿਹੜਾ ਪਿੰਡਾਂ ਦਾ ਗਲੀਆਂ ਪੱਕੀਆਂ ਹੋ ਗਈਆਂ। ਬਾਬੂ ਜੀ ਸਤਿ ਸ਼੍ਰੀ ਅਕਾਲ, ਠੀਕ ਹੋ? ਹਾਂ ਠੀਕ ਆ ਜੀ। ਕਰਮਜੀਤ ਅਨਮੋਲ ਨੂੰ ਜਾਣਦੇ ਹੋ ਜੀ? ਨਹੀਂ ਜੀ। ਨਾ, ਉਹ MP ਇਲੈਕਸ਼ਨ 'ਚ ਉਮੀਦਵਾਰ ਉਤਾਰੇ ਜੀ ਆਮ ਆਦਮੀ ਪਾਰਟੀ ਵੱਲੋਂ। ਅੱਛਾ ਅੱਛਾ, ਫਰੀਦਕੋਟ ਤੋਂ। ਇਹ ਵੋਟ ਪਾ ਦਿਆਂਗੇ ਫਿਰ ਆਪਾਂ ਉਹਨੂੰ? ਪਾ ਦਿਓਗੇ ਫਿਰ? ਪਾ ਦਿਆਂਗੇ। ਜਾਣਦੇ ਹੋ ਤੁਸੀਂ ਜਾਣੀ ਨਹੀਂ ਜਾਣਦੇ, ਜਦੋਂ ਤੁਸੀਂ ਦੱਸਤਾ ਹੁਣ ਵੀ ਉਹਨੂੰ ਪਾਉਣੀ ਵੋਟ, ਹੈ ਹਾਂ ਜਾਣਦੇ ਬਾਬਾ ਜੀ? ਨਾ, ਅੱਜ ਤਾਂ ਤਾਸ਼ ਖੇਡਣ ਵਾਲੇ, ਸਾਡਾ ਲੀਡਰ ਤਾਂ ਉਹ ਵੇਟਰ ਲਈ ਖੜਾ। ਮਤਲਬ ਸੰਗਰੂਰ ਜ਼ਿਲ੍ਹੇ ਦੇ ਆ ਜਿਹੜੇ ਜੰਪਲ ਆ, ਉਹ ਕਹਿੰਦੇ ਫਰੀਦਕੋਟ ਤੋਂ ਜ਼ਿਆਦਾ, ਕਈ ਲੋਕ ਸੰਗਰੂਰ ਤੋਂ ਖੜੇ ਇੱਥੇ ਕੀ ਧੱਕੇ ਖਾਣਾ ਆ? ਹੋਰ ਪਿਕਚਰਾਂ ਵਿਖਾਉਂਦਾ ਉਹ, ਵੇਖਾ ਐਡੀਆਂ ਵਧੀਆ ਭੁੱਲੇ ਕਿਹਨੂੰ ਆ, ਭੁੱਲਿਆ ਬਾਬਾ ਭੁੱਲਿਆ ਸਾਡਾ ਆਹ ਵੀ ਪਾ ਦਿਆਂਗੇ ਕੋਈ ਨੀ, ਜਿਹਨੂੰ ਪਾਉਣੀ ਆ ਵੋਟ ਤਾਂ ਆਪਦੀ ਮਰਜ਼ੀ ਨਾਲ ਪਾਉਣੀ। ਉੱਥੋਂ ਕਦੋਂ ਲਿਆਂਦਾ ਫਰੀਦਕੋਟ ਦੇ ਵਿੱਚ ਬੰਦਾ ਨਹੀਂ ਲੱਭਿਆ ਸਾਰੇ ਹਲਕੇ 'ਚ? ਕੀ ਪਤਾ ਉਹਨਾਂ ਦਾ ਕੀ ਹੈਗਾ ਕੀ ਨਹੀਂ ਸਾਡਾ। ਬਾਕੀ ਯਾਰ ਸਾਡਾ ਤਾਂ ਤਾਸਲ ਇੰਜੀਨੀਅਰ ਕਹਿਤਾ ਲੀਡਰ ਆ ਸਾਡਾ, ਵਕੀਲ ਆ। ਹਾਂ, ਤੁਸੀਂ ਜਾਣਦੇ ਬਾਬਾ ਜੀ? ਨਹੀਂ, ਮੈਂ ਕਿਸੇ ਨੂੰ ਜਾਣਦਾ, ਮੈਂ ਅਨਪੜ੍ਹ ਬੰਦਾ, ਅਨਪੜ੍ਹ ਬੰਦਾ, ਮੈਂ ਕਿਸੇ ਨੂੰ ਨਹੀਂ ਜਾਣਦਾ ਬਸ। ਹਾਂ, ਨੰਬਰ ਨੰਬਰ ਦਾ ਪੜ੍ਹ ਲੈਣਾ ਸਰ ਨਾ, ਬਸ ਜਿਉਂ ਦਾ ਬਾਅਦ ਇੰਨਾ ਹੀ ਬਹੁਤ ਆ।
ਵਾਧੂ ਜਾਣਦੇ ਆ ਉਹ ਬਣਾ ਦੀ ਕਿਤੋਂ ਦੇ ਮੁਹੰਮਦ ਸਦੀਕ ਇੱਥੇ ਬਣਿਆ ਸੀਗਾ ਉਹਨੇ ਹੀ ਕਰਤਾ ਬਾਈ ਜੀ ਕਰਮਜੀਤ ਨਮੋਲ ਨੂੰ ਜਾਣਦੇ ਹੋ ਪਹਿਲਾਂ ਤਾਂ ਯਾਰ ਆਪਾਂ ਤਾਂ ਨਹੀਂ ਜਾਣਦੇ ਭਰਾਵਾ ਸਹੀ ਪੁੱਛੇ ਮੈਂ ਤਾਂ ਇਹ ਆਣਾ ਵੀ ਸਾਡੇ ਅੱਗੇ ਸਦੀਕ ਇੱਥੇ ਖੜਾ ਹੋਇਆ ਸੀ ਅਤੇ 5 ਸਾਲਾਂ 'ਚ ਸਾਡਾ ਪਿੰਡ ਦਾ ਮੂੰਹ ਨਹੀਂ ਵੇਖਿਆ ਉਹ ਬੰਦੇ ਨੇ ਆ ਕੇ ਅਤੇ ਜੇ ਅੱਜ ਉਹਨੂੰ ਕੱਲ੍ਹ ਨੂੰ ਇਲੈਕਸ਼ਨ ਦਿੰਦੇ ਆਪਾਂ ਉਹਨੂੰ ਟਿਕਟ ਮਿਲਦੀ ਆ ਅਤੇ ਅਸੀਂ ਸਾਡਾ ਪਿੰਡ 'ਤੇ ਕੋਈ ਬਾਈਕਾਟ ਹੋਊਗਾ ਜਿਵੇਂ ਕਰਮਜੀਤ ਨਮੋਲ ਵੀ ਐਕਟਰ ਆ ਗਾਇਕ ਵੀ ਆ ਕੀ ਲੱਗਦਾ ਵੀ ਰਹੂ ਹਲਕੇ ਵੱਖਰੀ ਆ ਉਹ ਗੱਲ ਵੱਖਰੀ ਆ ਅਸੀਂ ਸਪੋਰਟ 'ਚ ਆਉਂਦੇ ਪਰ ਮੇਨ ਬੰਦਾ ਏਰੀਏ ਦਾ ਹੋਵੇ ਸੌਖਾ ਰਹਿੰਦਾ ਏਰੀਏ ਦਾ ਬੰਦਾ ਏਰੀਏ 'ਚ ਹੋਵੇ ਕੰਮ ਵੀ ਚੰਗੇ ਕਰਦਾ ਚਲੋ ਠੀਕ ਆ ਜਿਵੇਂ ਸਾਡੇ ਪਿੰਡ ਅੱਗੇ ਸਦੀਕ ਜਿੱਤਿਆ ਸਾਡੇ ਤੇ ਏਰੀਏ 'ਚ ਆ ਕੇ ਗੇੜਾ ਨਹੀਂ ਮਾਰਿਆ ਉਹਨੇ ਕਦੇ ਪਰ ਇਹ ਚੀਜ਼ਾਂ ਹੁੰਦੀਆਂ ਵੀ ਏਰੀਏ ਦਾ ਬੰਦਾ ਹੋਵੇ ਥੋੜ੍ਹਾ ਜਿਹਾ ਸੌਖਾ ਹੁੰਦਾ ਦੇਵੋਂਗੇ ਸਾਥ ਜਿਵੇਂ ਸੰਗਰੂਰ ਹਾਂ ਤਾਂ ਦੇਵਾਂਗੇ ਫਿਰ ਪਾਵਾਂਗੇ ਵੋਟਾਂ ਦਾ ਪਾਵਾਂਗੇ ਉਹਨੂੰ ਜ਼ਰੂਰ ਪਾਵਾਂਗੇ ਠੀਕ ਹੈ ਹਾਂਜੀ ਤੁਸੀਂ ਜਾਣਦੇ ਹੋ ਜੀ ਕਰਮਜੀਤ ਨਮੋਲ ਨੂੰ ਨਹੀਂ ਨਹੀਂ ਜਾਣਦੇ ਏਰੀ ਜਾਣਦੇ ਹੋ ਅਸੀਂ ਤਾਂ ਜਾਣਦੇ ਸਾਡੇ ਏਰੀਏ 'ਚ ਵਾਕਫ ਹੈ ਕੋਈ ਬੰਦਾ ਪਿੰਡ ਦਾ ਜੇ ਏਰੀਏ ਜਿਹੜੇ ਤੱਕ ਕੋਈ ਬੰਦਾ ਵਾਕਫ ਨਹੀਂ ਦੱਸ ਜੰਮੂ ਵਾਕਫ ਨਹੀਂ ਜਾਣਦੇ ਸੂਰਤ ਜਾਣ ਕੇ ਹੋਣਾ ਜੇ ਜਾਣੋ ਫਿਰ ਹੀ ਵੋਟ ਪਾਵਾਂਗੇ ਕਲਾਕਾਰ ਜ਼ਰੂਰ ਆ ਪਰ ਇੱਥੋਂ ਦਾ ਕਲਾਕਾਰ ਜ਼ਰੂਰ ਆ ਪਰ ਇੱਥੋਂ ਦੀ ਜਾਣ ਪਛਾਣ ਬਹੁਤ ਘੱਟ ਹੈ ਇੱਥੋਂ ਦੀ ਜਾਣ ਪਛਾਣ ਘੱਟ ਹੈ ਟੀਵੀਆਂ 'ਤੇ ਵੇਹਨੇ ਹੈ ਊਂ ਵੇਹਣੇ ਮੋਬਾਈਲਾਂ 'ਤੇ ਪਰ ਐਂ ਨਹੀਂ ਆਮ ਜਿਵੇਂ ਵੀ ਏਰੀਏ ਦਾ ਬੰਦਾ ਹੋਵੇ ਮਤਲਬ ਜਿਵੇਂ ਫਿਲਮੀ ਕਲਾਕਾਰ ਤਾਂ ਹੈਗੇ ਆ ਗਾਇਕ ਵੀ ਆ ਵੀ ਲੱਗਦਾ ਵੀ ਸਿਆਸਤ ਦੇ ਵਿੱਚ ਕਰ ਪਾਉਣਗੇ ਵੇਖੋ ਜੀ ਅੱਜ ਉਹਨਾਂ ਨੂੰ ਸਵਾਲ ਕਰੀ ਜਾਂਦੇ ਤੁਹਾਡੇ ਪੱਤਰਕਾਰ ਭਾਈ ਉਹ ਤਾਂ ਆਹਦਾ ਸੀ ਜਿਵੇਂ ਮੈਂ ਸੇਵਾ ਨਿਭਾਉਣਾ ਕਲਾਕਾਰਾਂ ਦੀ ਅਤੇ ਇਵੇਂ ਨਿਭਾਊਂਗਾ ਹੁਣ ਕੀ ਕਹਿ ਸਕਦੇ ਉੱਧਰ ਉਹ ਛੱਡ ਕੇ ਗਿਆ ਹੁਣ ਸਾਜ ਤਾਂ ਨਵਾਂ ਬੰਦਾ ਉਹ ਇਕੱਲਾ ਐਕਟਰ ਹੈ ਜਿੰਨਾ ਚਿਰ ਵਿਚਰਦਾ ਨਹੀਂ ਉਨਾ ਚਿਰ ਕੀ ਪਤਾ ਕੀ ਨਹੀਂ ਜਦੋਂ ਜੇਕਰ ਜਿਤਾ ਵੀ ਦਿੰਦੇ ਹੋ ਲੱਗਦਾ ਹਲਕੇ ਦੇ ਵਿੱਚ ਰੁਕੋ ਕਿਉਂ ਕੰਮ ਹੀ ਫਿਲਮਾਂ ਇਹ ਰੌਲਾ ਤਾਂ ਉਹੀ ਅੱਗੇ ਆ ਇਸੇ ਕਾ ਸਦੀਕ ਨੂੰ ਬਣਾਇਆ ਸੀ ਅਤੇ ਉਹ ਚਾ ਕੇ ਮੜ ਕੇ ਉੱਥੇ ਬਹਿ ਗਿਆ ਹੁਣ ਸਾਨੂੰ ਕੋਈ ਜਿੰਨਾ ਚਿਰ ਸਾਡੇ ਨਾਲ ਵਿਚਰਦਾ ਨਹੀਂ ਸਾਡੇ ਨਾਲ ਵਿਚਾਰ ਨਹੀਂ ਹੁੰਦਾ ਕੋਈ ਉਹਨਾਂ ਚਿਰ ਕੀ ਪਤਾ ਬਣ ਅੱਗੇ ਐਕਟਰ ਕੋਈ ਵੀ ਹੈ ਅੱਗੇ ਐਕਟਰ ਖੜਾ ਸੀਗਾ ਇੱਥੋਂ ਸੰਨੀ ਦਿਓਲਾ ਅਤੇ ਉਹਨੇ ਆ ਕੇ ਬਾਤ ਹੀ ਨਹੀਂ ਪੁੱਛੀ ਮੈਂ ਤਾਂ ਨਾ ਜਿਹੜਾ ਦੁਨੀਆ ਦੇ ਵਿੱਚ ਵਿਚਰਦਾ ਹੋਵੇ ਸਾਡੇ ਏਰੀਏ ਦਾ ਹੋਵੇ ਸਾਡਾ ਭਰਾ ਹੋਵੇ ਮੂੰਹ ਮੱਥੇ ਲੱਗਦਾ ਹੋਵੇ ਸਾਨੂੰ ਉਹ ਚੰਗਾ ਸਾਨੂੰ ਚੱਕ ਕੇ ਪਾਸਿਓਂ ਕੋਈ ਕਲਾਕਾਰ ਨੂੰ ਕਰ ਦਿੰਦੇ ਆ ਕਿਸੇ ਐਕਟਰ ਨੂੰ ਕਰ ਦਿੰਦੇ ਆ ਸਾਡੀ ਜਾਣ ਪਛਾਣ ਹੀ ਨਹੀਂ ਹੁੰਦੀ ਅਤੇ ਸਾਡੇ ਉਹਨੇ ਏਰੀਏ 'ਚ ਕੰਮ ਕੀ ਕਰਨਾ ਹੁੰਦਾ ਜਦੋਂ ਕਿਸੇ ਨਾਲ ਜਾਣ ਪਛਾਣ ਹੀ ਨਹੀਂ ਕਿਸੇ ਨਾਲ ਬੋਲ ਬਾਣੀ ਨਹੀਂ ਅੱਗੇ ਵੇਖ ਲਓ ਤੁਸੀਂ ਵੀ ਉਹਨੂੰ ਹੀ ਕਰੀ ਜਾਂਦੇ ਆ ਵੀ ਐਕਟਰ ਦੇ ਹਿਸਾਬ ਨਾਲ ਉੱਥੇ ਉਹ ਆ ਕੇ ਵੀ ਨਹੀਂ ਛੁਪਿਆ ਹਾਂਜੀ ਹਾਂਜੀ ਅੰਕਲ ਜੀ ਆਈਦਾ ਭਰਾਵਾ ਉਦਰਾ ਸਾਹਿਬ ਤਾਂ ਸਿੱਧੀ ਗੱਲ ਹੈ ਅਨਮੋਲ ਦੇ ਨਾਲ ਹਾਂ ਹਾਂ ਨਹੀਂ ਲੋਕ ਕਹਿੰਦੇ ਆ ਵੀ ਹੁਣ ਇੱਥੋਂ ਦੇ ਇੱਥੋਂ ਮਤਲਬ ਉਹਨਾਂ ਨੂੰ ਸਾਰੇ ਫਰੀਦਕੋਟ ਹਲਕੇ ਦੇ ਵਿੱਚੋਂ ਬੰਦਾ ਨਹੀਂ ਲੱਭਿਆ ਕੋਈ ਇੱਥੋਂ ਲਿਆਂਦਾ ਇੰਨੀ ਦੂਰੋਂ ਉਹ ਗੱਲ ਇਹ ਹੈ ਜੇ ਕੁਝ ਗੁਣ ਹੋ ਤਾਂ ਹੀ ਲੱਭਿਆ ਉਹਨਾਂ ਨੇ ਐਵੇਂ ਤਾਂ ਹੀ ਲੱਭ ਲਿਆ ਮੈਨੂੰ ਚੱਕ ਕੇ ਬਣਾਤਾ ਜੇ ਕੋਈ ਉਹਨਾਂ ਬੰਦਾ ਚੰਗਾ ਲੱਗਿਆ ਜਾਂ ਕੋਈ ਉਹਨੂੰ ਬਣਾਤਾ ਬਸ ਗੱਲ ਨਿਬੜ ਗਈ ਯਾਰ ਠੀਕ ਹੈ ਹਾਂ ਮਤਲਬ ਤੁਸੀਂ ਸਾਥ ਦੇਵੋਗੇ ਉਹਨਾਂ ਦਾ ਹਾਂ 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 ਠੀਕ ਹੈ ਜੀ ਉਹ ਆਉਂਦੇ ਵੀ ਸਾਨੂੰ ਪੈਸੇ ਵਾਲਾ ਬੰਦਾ ਚਾਹੀਦਾ ਹੁਣ ਸਾਡੇ ਵਰਗੇ ਬੰਦਿਆਂ ਨੂੰ ਉਹ ਕਿੱਥੇ ਨਾ ਲੈਣਗੇ
ਨਹੀਂ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਫਰੀਦਕੋਟ ਹਲਕਾ ਇੱਥੋਂ ਕਈ ਉਮੀਦਵਾਰ ਸੀਗੇ ਉਹਨਾਂ ਨੂੰ ਸੀਗੀ ਉਮੀਦ ਵੀ ਸਾਨੂੰ ਲਾਣਨਗੇ ਪੋਸਟਰ ਥਾਂ ਥਾਂ ਤੇ ਲਾ ਰਹੇ ਸੀਗੇ ਵੀ ਉਹਨਾਂ ਦੇ ਵਿੱਚੋਂ ਕਿਉਂ ਨਹੀਂ ਲਾਣੇ? ਹਾਂ ਇੱਥੋਂ ਦਾ ਕੋਈ ਨੁਕਲ ਬੰਦਾ ਖੜਾ ਹੁੰਦਾ ਉਹਦਾ ਕੋਈ ਜ਼ਿਆਦਾ ਬੈਨੀਫਿਟ ਹੋਣਾ ਸੀਗਾ, ਹੁਣ ਉਹ ਉੱਥੋਂ ਆ ਗਿਆ, ਹੁਣ ਜਿੰਨਾ ਚਿਰ ਕੋਈ ਇਹ ਨਾ ਹੋਵੇ ਲੈ ਕੇ ਵੋਟਾਂ ਉਹ ਵੀ ਉੱਥੇ ਜਾ ਬੱਚੇ ਮੁੜ ਕੇ ਸਾਡੀ ਗੱਲ ਨਾ ਸੁਣ। ਹਾਂ ਹਾਂਜੀ ਪਿੰਡਾਂ ਦੇ ਵਿੱਚ ਕੋਈ ਵੀ ਨਹੀਂ ਮੁੜ ਕੇ ਆਉਂਦਾ ਗਾ, ਜੀ ਐਮਪੀ ਦੇ ਇਲੈਕਸ਼ਨ ਹੀ ਇਹੋ ਜਿਹੇ ਹੈ। ਉਹਨਾਂ ਨੂੰ ਹੁਣ ਫਰੀਦਕੋਟ ਹਲਕੇ ਤੋਂ ਲਾਣਾ ਜੀ, ਫਰੀਦਕੋਟ ਦੀਆਂ ਮੁਸ਼ਕਲਾਂ ਲੱਗਦਾ ਵੀ ਪਤਾ ਹੋਣਗੇ ਉਹਨਾਂ ਨੂੰ? ਇਹਨਾਂ ਨੂੰ ਤਾਂ ਕੀ ਕਹਿ ਸਕਦੇ ਹਾਂ, ਕੀ ਪਤਾ ਹੋਊਗਾ ਉਹਨਾਂ ਨੂੰ ਤਾਂ ਵੈਸੇ ਤੂੰ ਆਣਾ ਐਡਾ ਵੱਡਾ ਜਿਹੜਾ ਵੀ ਕਿਵੇਂ ਆ ਸਕਦੇ ਆ ਤੇ ਹੁਣ ਕਿਵੇਂ ਗੇੜੇ ਲਾਉਣਗੇ? ਆਪਣੇ ਫਰੀਦਕੋਟ ਤੋਂ ਜਿੰਨੇ ਵੀ ਜਿੱਤੇ ਆ ਕੋਈ ਵੀ ਦੱਸ ਦੇ ਵੀ ਕਿਸੇ ਨੇ ਆ ਕੇ ਗੇੜਾ ਮਾਰਿਆ ਇੱਥੇ ਤਾਂ। ਕਾਂਗਰਸ ਨੀ ਪਾਵਾਂਗੇ, ਸਾਥ ਪਹਿਲਾਂ ਹੀ ਬਹੁਤ ਲੋਕਾਂ ਨੇ ਤਾਂ ਦੇਤਾ ਇਹਨਾਂ ਨੂੰ, ਪਹਿਲਾਂ ਹੀ ਬੰਬ ਕਰਤੀ ਸੀ, ਸਾਥ ਤਾਂ ਇਹਨਾਂ ਨੂੰ ਬਹੁਤ ਦਿੱਤਾ ਪਰ ਨਹੀਂ ਕੁਛ ਇਹਨਾਂ ਚੋਂ ਨਿਬੜਿਆ ਨਿਭਾਇਆ ਵਿਚਾਰਿਆਂ ਚੋਂ ਨਹੀਂ ਨਿਬੜਿਆ ਜੀ, ਕੁਛ ਨੀ ਨਿਬੜਿਆ ਮੈਂ ਵਿਚਾਰਿਆਂ ਤੋਂ। ਅੱਛਾ ਜੀ ਆਪਾਂ ਵੈਸੇ ਸਰਕਾਰ ਦੀ ਗੱਲ ਕਰੀਏ, 2 ਸਾਲ ਹੋ ਗਏ ਬਣੀ ਨੂੰ, ਇਹਨਾਂ ਨੇ ਕੰਮ ਵਗੈਰਾ ਕੀਤੇ ਆ? ਯਾਰ ਇਹਨੂੰ ਪੁੱਛੇ ਬੰਦਾ ਤੇਰੇ ਸਾਹਮਣੇ ਕਰੀ ਜਾਂਦੇ ਚ ਗੱਲ ਯਾਰ, ਕੰਮ ਕਰੀ ਜਾਂਦੇ ਨਵੀਂ ਪਾਰਟੀ ਬਣੀ ਕੋਈ ਪਤਾ ਨਹੀਂ ਸੋਨੂੰ ਨੀ ਕੋਈ ਪਤਾ, ਅਸੀਂ ਲੋਕਾਂ ਤੋਂ ਪੁੱਛਣਾ ਹੁੰਦਾ, ਲੋਕਾਂ ਤੋਂ ਕੀ ਪੁੱਛਣਾ, ਸੋਨੂੰ ਕੋਈ ਪਤਾ ਨਹੀਂ, ਉਹ ਅੰਨੇ ਨੂੰ ਦਿਸੀ ਜਾਂਦੇ ਕੰਮ ਕਰਦੇ ਆ, ਹੋਰ ਕੀ ਚਾਹੀਦਾ ਤੁਹਾਨੂੰ? ਕਿਹੜਾ ਕਿਹੜਾ ਹੋ ਗਿਆ ਜੀ ਕੰਮ? ਕੰਮ ਤੁਹਾਨੂੰ ਪਤਾ ਹੋਊਗਾ ਕਿਹੜਾ, ਸਾਰੇ ਹੋਏ ਲੋਕਾਂ ਦੇ ਪਾਦੇ, ਉਹਨਾਂ ਨਾਲੋਂ ਚੰਗੇ ਆ ਯਾਰ, ਉਹਨਾਂ ਨਾਲੋਂ ਚੰਗੇ ਆ, ਪਹਿਲਾਂ ਨਾਲੋਂ ਚੰਗੇ ਆ, ₹33 ਲੱਖ ਸ਼ੈੱਡ ਨੂੰ ਲੈ ਕੇ ਇਹਨਾਂ ਨੇ, ₹36 ਲੱਖ ਨਾਲੀਆਂ ਨੂੰ, ਤੇ ਬਾਕੀ ਜਿਹੜੀ ਉਹ ਸੇਵਨ ਵਾਲੇ ਚੋਂ ਛੱਪੜ ਨੂੰ ਜਾਂਦੀ ਆ ਉੱਥੇ ਸੀਵਰੇਜ ਪਾਉਣਾ ਇਹਨਾਂ ਨੇ, ਪਾਈਪਾਂ ਪਾਉਣੀਆਂ, ਇੱਦੋਂ ਇੰਨੀ ਗਰਾਂਟ ਤਾਂ ਕਦੇ ਆਈ ਵੀ ਨਹੀਂ ਸੀਗੀ। ਅਤੇ ਉਹ ਦੇਖੀ ਜਾਂਦੇ ਤੁਹਾਡੇ ਸਾਹਮਣੇ ਆ, ਫਿਰ ਧਰਮਸਾਲਾਂ ਕੋਲ ਛੱਡ ਪਿਆ, ਧਰਮਸਾਲਾਂ ਦੇ ਵਿੱਚ ਰੁਪਈਆ ਉਹਨੂੰ ਆ, ਫਿਰ ਅਗਲੀ ਸ਼ੈੱਡ ਵੀ ਇੱਥੇ ਦੇਣੀ ਹੋਏ ਆ, ਆਹ ਸ਼ੈੱਡ ਬਣਿਆ ਪਿਆ ਸਾਹਮਣੇ, ਹੈਂ ਹਾਂ ਮੰਡੀ ਸਾਹਮਣੇ ਵਾਲਾ, ਇਹ ਸੂਟ ਸਰਕਾਰ ਸੂਟ ਦੱਸੀ ਸਰਕਾਰ ਨੇ ਮੰਡੀਆਂ ਨੂੰ, ਕੋਈ ਕੋਈ ਟਾਇਲਟ ਸਕਦਾ, ਕੋਈ ਆਲੂ ਸਕਦਾ, ਸਾਗ ਰੱਖ ਸਕਦਾ, ਫੜ ਪੱਕਾ ਹੋ ਪਰਲੇ ਪਾਸੇ ਸਾਈਡ ਵਾਲਾ ਤੇ ਸਾਈਡਾਂ ਵਾਲਾ ਲਿਖ ਕੇ ਲੈ ਗਏ ਆ ਵੀ ਚਾਰ ਚਪੇਰੇ ਫੇ ਇਹ ਵੀ ਬੰਨ। ਜੇ ਆਪਾਂ ਵੈਸੇ ਗੱਲ ਕਰੀਏ ਵੀ ਨਸ਼ਾ ਨੁਸ਼ਾ ਖਤਮ ਕਰਦਾ ਤੁਹਾਡੇ? ਨਸ਼ਾ ਤਾਂ ਨਹੀਂ ਅਜੇ, ਐਡੀ ਛੇਤੀ ਕਿੱਥੇ ਯਾਰ, ਭੈਣ ਜੋ ਅਜੇ ਤਾਂ 2-3 ਸਾਲ ਦੋ ਰਹਿ ਗਏ, ਹੌਲੀ ਹੌਲੀ ਹੋਊਗਾ ਜੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਐਡੀ ਛੇਤੀ ਨਹੀਂ ਹੋਣਾਗਾ। 4 ਹਫ਼ਤਿਆਂ ਵਿੱਚ ਕਿਹਾ ਸੀ ਨਾ, ਥੋੜ੍ਹਾ ਥੋੜ੍ਹਾ ਕੰਟਰੋਲ ਹੈ ਉਹਨਾਂ ਨਹੀਂ ਅਜੇ, ਹਾਂ ਕੰਟਰੋਲ ਹੈਗਾ। ਹੋਊਗਾ ਜੀ ਨਸ਼ਾ ਵਗੈਰਾ ਖਤਮ? ਨਸ਼ਾ ਤਾਂ ਬਾਈ ਡੱਕਾ ਨਹੀਂ ਖਤਮ ਹੈ, ਅਬਦੂ ਦੁੱਗਣਾ ਹੈ, ਹਾਂ ਬਹੁਤ ਆ ਨਸ਼ਾ ਤਾਂ ਵਾਧੂ। ਉੱਥੇ ਹੋਇਆ ਵੀ ਸੀਗਾ, ਗੁਰਦੁਆਰੇ ਆਏ ਸੀਗੇ ਇਹਨਾਂ ਦੇ ਕਰਤਾਰ ਸਿੰਘ ਮਾਂ, ਉੱਥੇ ਬਿਆਨ ਵੀ ਕੀਤਾ ਸੀ ਮੁੰਡਿਆਂ ਨੇ ਬਿਆਨ ਵੀ ਕੀਤਾ ਸੀ ਵੀ ਨਸ਼ਾ ਨਹੀਂ ਵੀ ਬੰਦ ਹੁੰਦਾ, ਉਹ ਆਦੇ ਜੀ ਉਹਨਾਂ ਦੀਆਂ ਜੜਾਂ ਡੂੰਘੀਆਂ, ਕੀ ਪਤਾ ਸਰਕਾਰ ਨਾਲੋਂ ਜੜਾਂ ਡੂੰਘੀਆਂ ਕਿੰਨੀਆਂ ਕੁ। ਸਾਰਾ ਕੁਛ ਹੋਈ ਜਾਊ ਜਦੋਂ ਅੱਗੇ 17 ਸਾਲਾਂ ਚੋਂ ਹੋਣਾ, ਇਹ 2 ਦਿਨਾਂ ਕਿਵੇਂ ਜੂ? ਅੱਗੇ 75 ਸਾਲਾਂ ਚ ਉਹਨਾਂ ਨੇ ਕੁਛ ਨੀ ਕੀਤਾ, ਇਹਨਾਂ ਨੇ 2 ਸਾਲਾਂ ਵਿੱਚ ਉਦੋਂ ਜ਼ਿਆਦਾ ਕੰਮ ਕਰਤਾ ਹੋਊਗਾ, ਮੁਲਾਜ਼ਮ ਵੀ ਰੱਖਿਆ, ਕੋਈ ਪੈਸਾ ਨਹੀਂ ਲਿਆ ਕਿਸੇ ਤੋਂ।
ਰਿਸ਼ਵਤ ਬੰਦ ਹੋ ਗਈ, ਰਿਸ਼ਵਤ ਊ ਪਾਠ ਪਤਾ ਹੋਵੇ ਇਹਨਾਂ ਨੇ ਮੈਰਿਟ ਤੌਰ 'ਤੇ ਰੱਖਿਆ, ਠੀਕ ਹੈ ਮੈਰਿਟ ਤੌਰ 'ਤੇ, ਹਾਂ ਇਹ 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 ਚੀਜ਼ ਅੱਗੇ ਉਹ ਆਖਦੇ ਦੇ ਦਿਓ ਭਰ ਦਿਓ ਬਦਲ ਕੇ ਆਖਦੇ ਇਹਦੇ ਸਿਰ 'ਤੇ ਸਾਨੂੰ ਝੋਲਾ, ਹੈਂ ਇਹਨਾਂ ਨੇ ਇਹ ਕੋਈ ਇਹੋ ਜਿਹੇ ਕਿਤੇ ਕਰੇ ਇਹਨਾਂ ਨੇ ਪੰਜੀ ਨਹੀਂ ਇਹ ਕੰਮ 'ਚ ਲਈ, ਸਾਡੇ ਪਿੰਡੋਂ ਵੀ ਦਸ ਮੁਲਾਜ਼ਮ ਲੱਗ ਗਏ ਹੁਣ ਨਵੇਂ, ਹਾਂ ਹਾਂਜੀ ਧੰਨਵਾਦ ਜੀ ਸਾਰਿਆਂ ਦਾ, ਕੰਮ ਕਰਨਗੇ ਤਾਂ ਗਾਹ ਨੂੰ ਫੇਰ ਆਉਣਗੇ, ਇਹਦਾ ਕੰਮ ਜੇ ਕੰਮ 'ਤੇ ਹੈ ਬਾਕੀ ਕੋਈ ਵੀ ਚੀਜ਼ 'ਤੇ ਸਮਾਂ ਤਾਂ ਲੱਗਣਾ ਹੈ, ਸਿਸਟਮ ਹੌਲੀ ਹੌਲੀ ਸੈੱਟ ਕਰਕੇ ਫੇਰ ਹੀ ਹੋਣਾ, ਹਾਂ ਨਸ਼ੇ ਵਾਲਾ ਇੱਕੇ ਦਮ ਨਹੀਂ ਹੁੰਦਾ, ਇੰਨਾ ਫੈਲ ਰਿਹਾ ਹੁਣ ਇੱਕੇ ਦਮ ਕਿਵੇਂ ਕੰਟਰੋਲ ਹੋ ਜਾਊਗਾ, ਹੌਲੀ ਵੋਟਾਂ ਨਾਲ ਵੱਧ ਪੈਣਗੀਆਂ, ਹਾਂ ਪੈਣਗੀਆਂ, ਹਾਂ ਝਾੜੂ ਵੱਧ ਲਈ ਆਊਗਾ, ਇਹ ਸ਼ੋਰ ਆ ਪੱਕਾ ਹੈ, ਸਾਡੇ ਪਿੰਡੋਂ ਤਾਂ ਵੱਧ ਪੈਣਗੀਆਂ, ਹੋਰ ਤਾਂ ਮੈਨੂੰ ਪਤਾ ਨਹੀਂ, ਤੁਹਾਡੇ ਇੱਧਰ ਫਸਲਾਂ ਫੁਸਲਾਂ ਮਰੀਆਂ ਸੀਗੀਆਂ ਗਣਿਆਂ ਦੇ ਨਾਲ? ਨਹੀਂ ਸਾਡੇ ਨਹੀਂ ਮਰਿਆ, ਕੋਈ ਨੁਕਸਾਨ ਨਹੀਂ ਹੋਇਆ ਸਾਡੇ, ਵਾਲਾ ਨੁਕਸਾਨ ਨਹੀਂ ਹੋਇਆ, ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ।